वाहेगुरु जी का खालसा श्री वाहेगुरु जी की फतेह। अज असीं तुहानूं बाबा श्री चंद जी नाल संबंधित इक साखी दसन जा रहे हां। इस साखी विच असीं तुहानूं दसांगे कि किस तरह बाबा श्री चंद जी ने बाड़ साहब विखे रातों रात अंबां दा बाग उसार दिता। जदों बाबा श्री चंद जी बाड़ साहब विखे आए तां उत्थे इक चरपटनाथ नाम दा जोगी रहिंदा सी। उसनु बाबा श्री चंद जी दे बारे पूरा ज्ञान सी। जद बाबा श्री चंद जी बाड़ साहब विखे पहुंचे तां चरपटनाथ ने अपने चेले दे हाथ इक अंब भेजिया अते बाबा श्री चंद जी नूं देण लई कहा। जद चरपटनाथ दा चेला बाबा श्री चंद जी दे कोल अंब लै के आया ਤਾਂ ਬਾਬਾ ਸ਼੍ਰੀ ਚੰਦ ਜੀ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਭਾਈ ਅਸੀਂ ਤਾਂ ਤਿੰਨ ਜਣੇ ਹਾਂ, ਧਰਮ ਚੰਦ ਜੀ, ਭਾਈ ਕਮਲੀਆ ਜੀ ਅਤੇ ਮੈਂ। ਅਸੀਂ ਸਾਰੇ ਤਿੰਨ ਆਦਮੀ ਹਾਂ, ਇੱਕ ਅੰਬ ਕਿਸ ਤਰ੍ਹਾਂ ਵੰਡੀਏ? ਇਹ ਜਵਾਬ ਸੁਣ ਕੇ ਚਰਪਟਨਾਥ ਦਾ ਚੇਲਾ ਵਾਪਸ ਉਸਦੇ ਕੋਲ ਆ ਗਿਆ ਅਤੇ ਉਸਨੇ ਸਾਰੀ ਕਹਾਣੀ ਚਰਪਟਨਾਥ ਨੂੰ ਦੱਸੀ। ਭਗਵਾਨ ਜੀ ਦਾ ਉੱਤਰ ਸੁਣ ਕੇ ਚਰਪਟਨਾਥ ਨੂੰ ਬਹੁਤ ਗੁੱਸਾ ਆਇਆ ਤਾਂ ਉਸਨੇ ਉਸਦੇ ਹੱਥ ਦੁਬਾਰਾ ਸੁਨੇਹਾ ਭੇਜਿਆ ਕਿ ਜੇ ਇੰਨੀ ਸ਼ਕਤੀ ਹੈ ਤਾਂ ਆਪਣੇ ਅੰਬਾਂ ਦਾ ਬਾਗ ਖੁਦ ਉਗਾ ਲਵੋ। ਜਦ ਬਾਬਾ ਸ਼੍ਰੀ ਚੰਦ ਜੀ ਨੇ ਇਹ ਸ਼ਬਦ ਸੁਣੇ ਤਾਂ ਉਹਨਾਂ ਨੇ ਇੱਕ ਅੰਬ ਲਿਆ ਅਤੇ ਸਾਰੀ ਧਰਤੀ ਉੱਤੇ ਛਿੜਕਾ ਦਿੱਤਾ। ਜਦ ਦਿਨ ਚੜ੍ਹਿਆ ਤਾਂ ਉੱਥੇ ਇੱਕ ਹਰਾ ਭਰਾ ਅੰਬਾਂ ਦਾ ਬਾਗ ਰਾਤੋ ਰਾਤ ਖੜਾ ਹੋ ਚੁੱਕਾ ਸੀ। ਲੋਕੀ ਬਹੁਤ ਜ਼ਿਆਦਾ ਹੈਰਾਨ ਸਨ ਕਿ ਰਾਤੋ ਰਾਤ ਇਹ ਅੰਬਾਂ ਦਾ ਬਾਗ ਕਿੱਥੋਂ ਆ ਗਿਆ। ਬਹੁਤ ਸਾਰੇ ਅੰਬ ਪੱਕੇ ਹੋਏ ਸਨ। ਜਦ ਚਰਪਟਨਾਥ ਨੂੰ ਸਾਰੀ ਗੱਲ ਦਾ ਪਤਾ ਲੱਗਾ ਤੇ ਉਸਨੇ ਦੇਖਿਆ ਕਿ ਅੰਬਾਂ ਦਾ ਬਾਗ ਰਾਤੋ ਰਾਤ ਖੜਾ ਹੋ ਗਿਆ ਹੈ ਤੇ ਉਸਨੂੰ ਬਹੁਤ ਜ਼ਿਆਦਾ ਆਪਣੇ ਆਪ ਤੇ ਸ਼ਰਮ ਆਈ ਅਤੇ ਉਹ ਦੂਸਰੇ ਦਿਨ ਚੰਬੇ ਨੂੰ ਚਲਾ ਗਿਆ। ਚਰਪਟਨਾਥ ਦੇ ਜਾਣ ਤੋਂ ਬਾਅਦ ਉਸਦੀ ਬਗੀਚੀ ਵੀ ਸੁੱਕ ਗਈ, ਪਰ ਜੋ ਬਗੀਚੀ ਬਾਬਾ ਸ਼੍ਰੀ ਚੰਦ ਜੀ ਨੇ ਲਗਾਈ ਹੋਈ ਸੀ ਉਸ ਬਗੀਚੀ ਬਾਰੇ ਬਾਬਾ ਸ਼੍ਰੀ ਚੰਦ ਜੀ ਨੇ ਵਚਨ ਕੀਤੇ ਕਿ ਇਸ ਬਗੀਚੀ ਦੇ ਅੰਬ ਵੰਡ ਕੇ ਛਕਿਆ ਕਰੋ, ਜੇਕਰ ਵੰਡ ਕੇ ਨਹੀਂ ਛਕੋਗੇ ਤਾਂ ਬਗੀਚੀ ਸੁੱਕ ਜਾਵੇਗੀ। ਭਗਵਾਨ ਜੀ ਨੇ ਇੱਥੇ ਇੱਕ ਬੇਰੀ ਦੀ ਦਾਤਨ ਗੱਡੀ, ਅੱਜ ਉੱਥੇ ਇੱਕ ਬੇਰੀ ਦਾ ਬਰਸ਼ ਹੈ। ਜਿੱਥੇ ਬਾਬਾ ਸ਼੍ਰੀ ਚੰਦ ਜੀ ਬੈਠਦੇ ਹੁੰਦੇ ਸਨ ਉਹ ਥਾਂ ਅੱਜ ਵੀ ਮੌਜੂਦ ਹੈ। ਇਹ ਅਸਥਾਨ ਬਾੜ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤ ਹੈ। ਇਹ ਅਸਥਾਨ ਜ਼ਿਲ੍ਹਾ ਗੁਰਦਾਸਪੁਰ ਤੋਂ 20-25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।